हेलो एवरीवन, वेलकम यू ऑल इन योर ओन चैनल लर्न एवरीथिंग। सो असी कर रहे थे फिजिक्स दा इलेक्ट्रॉनिक्स, ओदे विच जो प्रीवियस वीडियो च मैं तुहानू समझाया सी ना, हाफ वेव रेक्टिफायर एंड फुल वेव रेक्टिफायर, वो असी रेक्टिफायर असी यूज करते हैं टू कन्वर्ट एसी इनटू डीसी। बट जिहड़ी सानू डीसी आउटपुट मिलती है ना, वो प्योर डीसी नहीं हुंदी। दैट मीन्स ओदे विच कुछ अमाउंट एसी दी भी हुंदी आ, प्योर नहीं हुंदा। ओनू प्योर करन लई आपां उत्थे लगाने फिल्टर सर्किट। फिल्टर सर्किट की करते हैं, ओदे विच उन्हां नूं फिल्टर कर लैंदे, मतलब कि ओदे विच एसी नूं कढ दिंदे आ, प्योर सानूं की दे दिंदे आ, डीसी दे दिंदे। ठीक है, आपां कीता सी प्रीवियस वीडियो च रिपल फैक्टर। रिपल फैक्टर की हुंदा, किन्नी डीसी दे विच अमाउंट आ गई एसी दी, दैट इज कॉल्ड रिपल फैक्टर। सो ओदे लई आपां अलग अलग फिल्टर सर्किट यूज करते हैं। देखो मैं तुहानूं पूरा सर्किट नहीं समझाना, पूरा आर्टिकल नहीं करवाना, जस्ट जो साडे पेपर लई रेलेवेंट हैगा, मैनूं लगा कि हाँ ये चीज इंपॉर्टेंट है साडे पेपर दे रिगार्डिंग, ਉਹੀ ਮੈਂ ਤੁਹਾਡੇ ਲਈ ਨੋਟਸ ਲੈ ਕੇ ਆਈ ਆ। ਪੂਰਾ ਸਰਕਿਟ ਕਿੱਦਾਂ ਸਰਕਿਟ ਬਣਿਆ ਉਹ ਚੀਜ਼ਾਂ ਨਹੀਂ ਮੈਂ ਇਹਦੇ ਵਿੱਚ ਸਮਝਾਉਣੀਆਂ। ਠੀਕ ਹੈ, ਸੋ ਜਸਟ ਆਪਾਂ ਆਪਣੇ ਪੇਪਰ ਦੇ ਅਕੋਰਡਿੰਗ ਦੇਖਾਂਗੇ, ਜੋ ਰੈਲੇਵੈਂਟ ਹੈਗਾ ਉਹੀ ਕਰਾਂਗੇ। ਸੋ ਫਸਟ ਇਜ਼ ਸੀਰੀਜ਼ ਇੰਡਕਟਰ ਫਿਲਟਰ। ਇੰਡਕਟਰ ਨੂੰ ਅਸੀਂ ਐਲ ਨਾਲ ਡੋਨੇਟ ਕਰ ਦਿੰਦੇ ਹਾਂ, ਇਹਨੂੰ ਅਸੀਂ ਐਲ ਫਿਲਟਰ ਵੀ ਕਹਿੰਦੇ ਹਾਂ। ਠੀਕ ਹੈ ਜੀ, ਇਹ ਫਿਲਟਰ ਜਿਹੜਾ ਹੈਗਾ ਆ ਸੀਰੀਜ਼ ਦੇ ਵਿੱਚ ਹੈਗਾ, ਸੀਰੀਜ਼ ਇੰਡਕਟਰ ਫਿਲਟਰ ਆ। ਨੋਟ ਸੂਟੇਬਲ ਫਾਰ ਐਪਲੀਕੇਸ਼ਨ ਵੇਅਰ ਲੋਡ ਰਜਿਸਟੈਂਸ ਇਜ਼ ਵੈਰੀ ਹਾਈ। ਸੋ ਪਹਿਲਾ ਪੁਆਇੰਟ ਇਹ ਯਾਦ ਰੱਖਣਾ, ਜਿੱਥੇ ਲੋਡ ਰਜਿਸਟੈਂਸ ਬਹੁਤ ਜ਼ਿਆਦਾ ਹੋਏਗੀ ਉੱਥੇ ਫਿਲਟਰ ਕੰਮ ਨਹੀਂ ਕਰੇਗਾ। ਠੀਕ ਹੈ ਜੀ, ਇਟਸ ਫਿਲਟਰਿੰਗ ਐਕਸ਼ਨ ਡਿਪੈਂਡ ਅਪਾਨ ਦਾ ਕਰੰਟ ਫਲੋ ਥਰੂ ਇਟ, ਯਾਨੀ ਕਿ ਇਹਦਾ ਡਿਪੈਂਡ ਕਰਦਾ ਜਿਹੜਾ ਫਿਲਟਰਿੰਗ ਐਕਸ਼ਨ ਇਹਨੇ ਕਰਨਾ ਉਹ ਕਰੰਟ ਤੇ ਡਿਪੈਂਡ ਕਰਦਾ। ਦੈਟ ਮੀਨਸ ਅਸੀਂ ਕਹਿ ਸਕਦੇ ਹਾਂ ਹਾਈ ਦਾ ਕਰੰਟ ਫਲੋ ਥਰੂ ਇਟ, ਜਿੰਨਾ ਜ਼ਿਆਦਾ ਕਰੰਟ ਇਹਚੋਂ ਫਲੋ ਕਰੇਗਾ ਉਨਾ ਇਹਦਾ ਫਿਲਟਰਿੰਗ ਐਕਸ਼ਨ ਕੀ ਹੋਏਗਾ, ਵਧੀਆ। ਠੀਕ ਹੈ, ਕਰੰਟ ਦੇ ਨਾਲ ਇਹਦਾ ਜਿੰਨਾ ਜ਼ਿਆਦਾ ਕਰੰਟ ਉਨਾ ਫਿਲਟਰਿੰਗ ਐਕਸ਼ਨ ਵਧੀਆ ਹੋਏਗਾ, ਬਟ ਲੋਡ ਰਜਿਸਟੈਂਸ ਜ਼ਿਆਦਾ ਨਹੀਂ ਹੋਣੀ ਚਾਹੀਦੀ, ਉੱਥੇ ਨਹੀਂ ਇਹ ਕੰਮ ਕਰਦਾ। ਯਾਨੀ ਅੱਗੇ ਦੱਸਿਆ ਹੈ ਇਨਕਰੀਜ਼ ਇਨ ਲੋਡ ਕਰੰਟ ਰਿਡਿਊਸ ਦਾ ਰਿਪਲ, ਯਾਨੀ ਕਿ ਤੁਸੀਂ ਜਦੋਂ ਕਰੰਟ ਵਧਾਉਂਦੇ ਹੋ ਰਿਪਲ ਕੀ ਕਰ ਜਾਂਦਾ, ਘੱਟ ਜਾਂਦਾ। ਤੁਸੀਂ ਰਿਪਲ ਨੂੰ ਘਟਾਉਣਾ ਸੀ, ਰਿਪਲ ਕੀ ਸੀਗਾ, ਅਮਾਊਂਟ ਆਫ ਏਸੀ ਇਨ ਡੀਸੀ, ਉਹ ਤਾਂ ਸਾਨੂੰ ਚਾਹੀਦੀ ਨਹੀਂ, ਉਹ ਘੱਟ ਗਿਆ, ਗੁੱਡ ਆ। ਠੀਕ ਹੈ, ਸੋ ਯੂਜ ਇਨ ਹਾਈ ਲੋਡ ਕਰੰਟ, ਯਾਨੀ ਕਿੱਥੇ ਯੂਜ ਕੀਤਾ ਜਾਂਦਾ, ਹਾਈ ਲੋਡ ਕਰੰਟ ਦੇ ਵਿੱਚ। ਤੇ ਲੋਡ ਰਜਿਸਟੈਂਸ ਕੀ ਹੋਣੀ ਚਾਹੀਦੀ ਆ, ਘੱਟ, ਯਾਨੀ ਕਿ ਜਾਂ ਕਹਿ ਸਕਦੀ ਸਮਾਲ ਲੋਡ ਰਜਿਸਟੈਂਸ, ਆਬਵੀਅਸਲੀ ਇੱਕ ਦੂਜੇ ਦੇ ਇਨਵਰਸਲੀ ਹੈ, ਕਲੀਅਰ। ਸੋ ਇਹਦੇ ਬਾਰੇ ਕੰਕਲੂਡ ਕਰਦੇ ਹਾਂ, ਜਿਹੜਾ ਸਾਡੇ ਕੋਲ ਇੰਡਕਟਰ ਜਿਹੜਾ ਸੀਰੀਜ਼ ਇੰਡਕਟਰ ਫਿਲਟਰ ਹੈਗਾ, ਜਿਹਨੂੰ ਆਪਾਂ ਐਲ ਫਿਲਟਰ ਕਹਿੰਦੇ ਆ, ਇਹ ਕਿੱਥੇ ਯੂਜ ਹੋਏਗਾ, ਜਿੱਥੇ ਲੋਡ ਰਜਿਸਟੈਂਸ ਕੀ ਹੋਏ, ਘੱਟ, ਬਟ ਲੋਡ ਕਰੰਟ ਕੀ ਹੋਏ, ਜ਼ਿਆਦਾ, ਕਲੀਅਰ। ਦੂਸਰਾ ਇਹ ਹੈਗਾ ਹੈ, ਇਹ ਮੋਸਟਲੀ ਫਿਲਟਰ ਕੈਨ ਬੀ ਯੂਜ ਵਿਦ ਫੁੱਲ ਵੇਵ ਰੈਕਟੀਫਾਇਰ। ਠੀਕ ਹੈ, ਉੱਥੇ ਵਾਲਾ ਇਹ ਐਕਸ਼ਨ, ਕਿਉਂਕਿ ਉੱਥੇ ਦੋਨੀ ਪੀਕ ਦੇ ਵਿੱਚ ਸਾਨੂੰ ਕਰੰਟ ਮਿਲਦਾ ਰਹਿੰਦਾ ਨਾ, ਤੁਹਾਨੂੰ ਪਤਾ ਦੋਨੀ ਸਾਈਕਲ ਦੇ ਵਿੱਚ ਕਰੰਟ ਮਿਲੇਗਾ, ਉੱਥੇ ਕਰੰਟ ਜ਼ਿਆਦਾ ਹੋਏਗਾ, ਇਸ ਕਰਕੇ ਉੱਥੇ ਵਧੀਆ ਐਕਸ਼ਨ ਕਰੇਗਾ। ਨੈਕਸਟ ਇਜ਼ ਸ਼ੰਟ ਕਪੈਸਿਟਰ ਫਿਲਟਰ। ਸ਼ੰਟ ਜਿਹੜਾ ਹਮੇਸ਼ਾ ਪੈਰਲਲ ਚ ਲੱਗਦਾ, ਠੀਕ ਹੈ, ਸ਼ੰਟ ਇਜ਼ ਅ ਸਮਾਲ ਰਜਿਸਟੈਂਸ, ਸ਼ੰਟ ਕਪੈਸਿਟਰ ਫਿਲਟਰ। ਸੋ ਇਹਦਾ ਨਾਮ ਹੈਗਾ ਸ਼ੰਟ ਕਪੈਸਿਟਰ ਫਿਲਟਰ। ਇਹ ਹੈਗਾ, ਦੇਖੋ ਹੁਣ ਕੀ ਹੋਇਆ ਸੀ, ਐਲ ਫਿਲਟਰ ਜਿਹੜਾ ਆ ਉਹ ਤਾਂ ਉੱਥੇ ਯੂਜ ਹੋਏਗਾ ਜਿੱਥੇ ਲੋਡ ਰਜਿਸਟੈਂਸ ਘੱਟ ਹੋਈ। ਹੁਣ ਬਹੁਤ ਸਾਰੀਆਂ ਘਰ ਦੇ ਵਿੱਚ ਜਾਂ ਬਹੁਤ ਸਾਰੇ ਏਦਾਂ ਦੇ ਡਿਵਾਈਸ ਹੋਏਗਾ ਜਿਨ੍ਹਾਂ ਦੇ ਵਿੱਚ ਕੀ ਹੁੰਦਾ ਆ, ਲੋਡ ਰਜਿਸਟੈਂਸ ਬਹੁਤ ਹਾਈ ਹੁੰਦੀ ਆ, ਫਿਰ ਉੱਥੇ ਆਪਾਂ ਇਹ ਰਜਿਸਟੈਂਸ ਇਹ ਵਾਲਾ ਫਿਲਟਰ ਯੂਜ ਕਰਦੇ ਆ। ਕਿਉਂ? ਕਿਉਂਕਿ ਇਹ ਜਿੱਦਾਂ ਹੀ ਇਹ ਸੂਟੇਬਲ ਹੁੰਦਾ ਹਾਈ ਲੋਡ ਰਜਿਸਟੈਂਸ ਲਈ, ਜਿੱਦਾਂ ਹੀ ਲੋਡ ਰਜਿਸਟੈਂਸ ਵੱਧਦੀ ਆ ਰਿਪਲ ਫੈਕਟਰ ਕੀ ਕਰ ਜਾਂਦਾ, ਘੱਟ ਜਾਂਦਾ। ਸੋ ਅਸੀਂ ਉੱਥੇ ਇਹ ਵਾਲਾ ਫਿਲਟਰ ਯੂਜ ਕਰਾਂਗੇ ਜਿੱਥੇ ਲੋਡ ਰਜਿਸਟੈਂਸ ਜਿਸ ਜਿਹੜਾ ਵੀ ਡਿਵਾਈਸ ਦੇ ਵਿੱਚ ਜ਼ਿਆਦਾ ਹੋਏਗੀ ਉੱਥੇ ਆਪਾਂ ਇਹ ਯੂਜ ਕਰਾਂਗੇ। ਕਿਉਂ? ਕਿਉਂਕਿ ਲੋਡ ਰਜਿਸਟੈਂਸ ਵੱਧ ਗਈ, ਰਿਪਲ ਫੈਕਟਰ ਆਪਣੇ ਆਪ ਕੀ ਕਰ ਜਾਣਾ, ਘੱਟ ਜਾਂਦਾ। ਨੈਕਸਟ ਇਜ਼ ਐਲ ਸੈਕਸ਼ਨ, ਇਹਨੂੰ ਬੋਲਦੇ ਐਲ ਸੈਕਸ਼ਨ। ਦਿਸ ਇਜ਼ ਐਲ ਫਿਲਟਰ, ਦਿਸ ਇਜ਼ ਐਲ ਸੈਕਸ਼ਨ। ਨਾਮ ਨਹੀਂ ਵੱਲ ਧਿਆਨ ਰੱਖਿਓ, ਇੰਡਕਟਰ ਇਨਪੁੱਟ ਫਿਲਟਰ ਜਾਂ ਐਲ ਸੀ ਫਿਲਟਰ। ਐਲ ਸੀ ਫਿਲਟਰ ਇਹਦਾ ਤੇ ਇਹਦਾ ਕੰਬੀਨੇਸ਼ਨ ਆ। ਦੇਖੋ ਇਹਦੇ ਵਿੱਚ ਲੋਡ ਰਜਿਸਟੈਂਸ ਵੱਧਦੀ ਸੀਗੀ, ਠੀਕ ਹੈ, ਤਾਂ ਰਿਪਲ ਫੈਕਟਰ ਵੀ ਵੱਧ ਜਾਂਦਾ ਸੀ। ਇਹ ਚ ਲੋਡ ਰਜਿਸਟੈਂਸ ਵੱਧਦੀ ਤਾਂ ਰਿਪਲ ਫੈਕਟਰ ਘੱਟ ਜਾਂਦਾ। ਇਹਨਾਂ ਨੂੰ ਮਿਕਸ ਕਰਾਂਗੇ ਨਾ ਤਾਂ ਇੱਥੇ ਕੀ ਹੋਏਗਾ, ਕੋਈ ਇਹ ਤਾਂ ਇਹ ਡਿਪੈਂਡ ਹੀ ਨਹੀਂ ਕਰੇਗਾ ਉਹਦੇ ਤੇ, ਮਤਲਬ ਕਿ ਇਹਨੂੰ ਲੋਡ ਰਜਿਸਟੈਂਸ ਨਾਲ ਕੋਈ ਮਤਲਬ ਹੀ ਨਹੀਂ। ਇਹਦੇ ਵਿੱਚ ਜਿਹੜਾ ਰਿਪਲ ਫੈਕਟਰ ਆ ਇਨਡਿਪੈਂਡੈਂਟ ਹੋਏਗਾ ਲੋਡ ਰਜਿਸਟੈਂਸ ਤੇ, ਉਹਨੂੰ ਕੋਈ ਫਰਕ ਹੀ ਨਹੀਂ ਪਏਗਾ। ਇਸ ਲਈ ਇਹ ਵੋਲਟੇਜ ਰੈਗੂਲੇਸ਼ਨ ਦੇ ਵਿੱਚ ਬਹੁਤ ਵਧੀਆ ਐਕਸ਼ਨ ਦਿੰਦਾ ਆਪਣਾ। ਸੋ ਜਿੱਥੇ ਵੋਲਟੇਜ ਸਾਨੂੰ ਕਾਂਸਟੈਂਟ ਚਾਹੀਦੇ, ਜ਼ੀਨਰ ਡਾਇਓਡ ਕੀਤਾ ਸੀਗਾ ਨਾ ਆਪਾਂ ਕਿ ਵੋਲਟੇਜ ਰੈਗੂਲੇਸ਼ਨ ਜਿੱਥੇ ਕਰਨੀ ਹੋਵੇ ਉੱਥੇ ਯੂਜ਼ ਨਾ, ਇਹਦੇ ਵਾਲਾ ਫਿਲਟਰ ਵੋਲਟੇਜ ਰੈਗੂਲੇਸ਼ਨ ਦੇ ਵਿੱਚ ਵੀ ਬਹੁਤ ਯੂਜ਼ਫੁਲ ਹੈਗਾ। ਕੋਈ ਕਾਂਸਟੈਂਟ ਆਉਟਪੁੱਟ ਵੋਲਟੇਜ ਰੱਖ ਦਿੱਤੀ, ਉਨੀ ਤੇ ਹੀ ਉਹਨੂੰ ਆਪਰੇਟ ਕਰੇਗਾ। ਸੋ ਠੀਕ ਹੈ, ਇਹ ਇੰਡੀਪੈਂਡੈਂਟ ਹੈਗਾ। ਲਾਸਟ ਇਜ਼ ਕਪੈਸਿਟਰ ਇਨਪੁੱਟ ਫਿਲਟਰ। ਇਹਦਾ ਨਾਮ ਹੈਗਾ ਹੈ ਕਪੈਸਿਟਰ ਇਨਪੁੱਟ, ਜਿੱਦਾਂ ਇਹ ਇੰਡਕਟਰ। ਦੇਖੋ ਪਹਿਲਾਂ ਇੰਡਕਟਰ ਸਿੰਪਲ ਫਿਲਟਰ ਕੀਤਾ, ਠੀਕ ਹੈ, ਫਿਰ ਆਪਾਂ ਕਪੈਸਿਟਰ ਫਿਲਟਰ ਕੀਤਾ, ਹੁਣ ਹੈਗਾ ਇੰਡਕਟਰ ਇਨਪੁੱਟ ਫਿਲਟਰ, ਉਸ ਤੋਂ ਬਾਅਦ ਹੈਗਾ ਕਪੈਸਿਟਰ ਇਨਪੁੱਟ ਫਿਲਟਰ। ਏਦਾਂ ਵੀ ਤੁਸੀਂ ਯਾਦ ਰੱਖ ਸਕਦੇ ਹੋ। ਇਹਨੂੰ ਅਸੀਂ ਪਾਈ ਸੈਕਸ਼ਨ ਫਿਲਟਰ ਵੀ ਕਹਿੰਦੇ ਹਾਂ। ਕਿਹੜਾ ਕਹਿੰਦੇ ਹਾਂ? ਪਾਈ ਸੈਕਸ਼ਨ ਫਿਲਟਰ। ਇਹਦੀ ਸ਼ੇਪ ਹੁੰਦੀ ਪਾਈ ਵਰਗੀ, ਜਦੋਂ ਸਰਕਿਟ ਬਣਾਉਣੀ, ਇਸ ਕਰਕੇ ਦਾ ਨਾਮ ਰੱਖਿਆ ਪਾਈ ਸੈਕਸ਼ਨ ਫਿਲਟਰ। ਇਹਦੇ ਵਿੱਚ ਜਿਹੜਾ ਰਿਪਲ ਫੈਕਟਰ ਆ ਉਹ ਵੱਧਦਾ ਆ ਵਿਦ ਡਿਕਰੀਜ਼ ਇਨ ਲੋਡ ਰਜਿਸਟੈਂਸ। ਜੇ ਤੁਸੀਂ ਲੋਡ ਰਜਿਸਟੈਂਸ ਘਟਾ ਦਿੰਦੇ ਹੋ
रिपल फैक्टर की कर जाता बढ़ जाता। इस करके स्मॉल पावर यूनिट यूज होंगे, जिथे पावर घट हो कंज्यूम उन्ना ने वर्क करना है। ए रिपल फैक्टर इनवर्सली प्रोपोर्शनल टू लोड रजिस्टेंस, क्लियर। जिथे लोड रजिस्टेंस घट गई उथे रिपल फैक्टर की कर जाता बढ़ जाता, ठीक है। यानी कि लोड रजिस्टेंस के घटन नाल रिपल फैक्टर ने की कर जाना, इनक्रीज कर जाना। दिस इज द लास्ट पाई सेक्शन फैक्टर जिदे विच ए की आ इनवर्सली प्रोपोर्शनल हैगा। सो ए फिल्टर्स बारे कुछ इम्पोर्टेंट हैगा या कि सानू पता होना चाहिए केड़ा फिल्टर आपा कित्थे यूज कर सकते हैं। बहुत ज्यादा ज्यादा नहीं ए बारे करना, इन्ना बहुत ज्यादा, ठीक है। सो जे तुहानू वीडियो पसंद आई लाइक करो, कमेंट करो। थैंक्स फॉर वॉचिंग द वीडियो।